ਫਗਵਾੜਾ ਸ਼ਹਿਰਾਂ ਦੇ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਇਲਾਕਾ ਵਾਸੀਆਂ ਦੇ ਮਨਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਮਹੱਲਾ ਭਲਾਹੀ ਗੇਟ ਵਿਖੇ, ਜਿੱਥੋਂ ਕਿ ਬੀਤੀ ਰਾਤ ਚੋਰ ਘਰ ਦੇ ਬਾਹਰ ਖੜ੍ਹੀ ਜੈਨ ਕਾਰ ਹੀ ਚੋਰੀ ਕਰਕੇ ਫਰਾਰ ਹੋ ਗਏ, ਜਿਸ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚੋਰ ਕਾਰ ਨੂੰ ਚੋਰੀ ਕਰਕੇ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਬਲਵੀਰ ਕੁਮਾਰ ਨੇ ਦੱਸਿਆ ਕਿ ਰਾਤ 10:30 ਦੇ ਕਰੀਬ ਆਪਣੀ ਜੈਨ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ ਅਤੇ ਰਾਤ 1:30 ਵਜੇ ਕਰੀਬ ਜਦੋਂ ਉਸਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦੀ ਕਾਰ ਗਾਇਬ ਸੀ। ਜਿਸ ਤੋਂ ਬਾਅਦ ਉਹਨਾਂ ਕਾਰ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਤੇ ਵੀ ਕਾਰ ਦਿਖਾਈ ਨਹੀਂ ਦਿੱਤੀ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਦੇ ਮਹੱਲੇ ਵਿੱਚੋਂ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ, ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਲਕੀ ਨਾਂ ਜੀ ਆਪਣਾ ਬਲਵੀਰ ਕੁਮਾਰ ਜੀ। ਹਾਂਜੀ ਸਰ, ਕਿੱਥੇ ਦੇ ਰਹਿਣ ਵਾਲੇ ਆਪਾਂ? ਭਲਾਈ ਗੇੜ ਦੇ ਜੀ। ਹਾਂ, ਕੀ ਮਾਮਲਾ ਕੀ ਸਰ? ਮੈਂ ਰਾਤੀ 10:30 ਵਜੇ ਆਇਆ ਜੀ। ਮੈਂ ਕਿਹਾ ਚੱਲ ਪਲਾਟ 'ਚ ਕੀ ਲਾਉਣੀ ਆ, ਸਾਹਮਣੇ ਗੱਡੀ ਲਾ ਦਿੰਦੇ ਹਾਂ। ਘਰ ਦੇ ਸਾਹਮਣੇ ਲਾਈ, ਜਦੋਂ ਮੈਂ ਰਾਤੀ 1:30 ਵਜੇ ਦੇਖੀ ਉੱਠ ਕੇ ਤਾਂ ਗੱਡੀ ਹੈ ਨਹੀਂ ਸੀ। ਕਿਹਾ ਸਾਡੇ ਨਾਲ ਗੁਆਂਢੀ ਇੱਕ ਆਇਆ ਤਾਂ ਉਹ ਗੱਡੀ ਲਾ ਕੇ ਕਹਿੰਦਾ 1:00 ਵਜੇ ਤੁਹਾਡੀ ਗੱਡੀ ਇੱਥੇ ਖੜ੍ਹੀ ਸੀ। ਕਹਿੰਦਾ ਮੈਂ 1:00 ਵਜੇ ਗੱਡੀ ਲਾ ਕੇ ਘਰ ਚਲ ਗਿਆ। ਜਦੋਂ ਮੈਂ 1:30 ਵਜੇ ਦੇਖੀ ਗੱਡੀ ਉੱਠ ਕੇ ਤਾਂ ਗੱਡੀ ਹੈ ਨਹੀਂ ਸੀ। ਸਰ ਗੱਡੀ ਕਿਹੜੀ ਆ, ਮਾਡਲ ਅਤੇ ਨੰਬਰ ਵਗੈਰਾ? ਗੱਡੀ ਹੈਗੀ ਜੈਨ, ਨੰਬਰ ਹੈਗਾ PV10AT00010। ਅਤੇ ਮਾਡਲ ਕਿਹੜਾ ਸਰ? ਨੰਬਰ ਹੈਗਾ 2002। ਅਤੇ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੇਂਟ ਕੀਤੀ? ਹਾਂਜੀ, ਹੁਣ ਕਰਕੇ ਹਟੇ ਹਾਂ ਜੀ। ਤਾਂ ਰਾਤੀ ਵੀ ਅਸੀਂ ਲੱਭਦੇ ਰਹੇ, ਸਾਰੀ ਰਾਤ ਲੱਭਦੇ ਰਹੇ, ਪਰ ਅਤੇ ਪੁਲਿਸ ਆਈ ਹੈ? ਪੁਲਿਸ ਨਹੀਂ ਆਈ। ਹਾਂਜੀ, ਕਿ ਬਾਕੀ ਕਿ ਸਾਡੇ ਅੱਗੇ ਵੀ ਮਹੱਲੇ 'ਚ ਚੋਰੀ ਹੋਈ ਸਾਡੇ ਗੁਆਂਢੀ। ਕੋਈ ਕੈਮਰਿਆਂ ਦੇ ਵਿੱਚ ਕੋਈ ਆਇਆ ਹੋਵੇ? ਕੈਮਰਿਆਂ 'ਚ ਨਹੀਂ ਹਜੇ, ਕੈਮਰੇ ਚੈੱਕ ਕਰਨੇ ਜੀ ਹਜੇ। ਉਧਰ ਸਾਬਕਾ ਕੌਂਸਲਰ ਤੇਜਪਾਲ ਬਸਰਾ ਅਤੇ ਹੋਰ ਮਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਮਹੱਲੇ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਨੇ, ਜਿਸ ਕਾਰਨ ਮਹੱਲਾ ਵਾਸੀ ਦਹਿਸ਼ਤ ਦੇ ਸਾਏ ਵਿੱਚ ਜਿਉਂਲੇ ਮਜਬੂਰ ਨੇ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮਹੱਲੇ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ। ਦੁੱਖ ਵਾਲੀ ਗੱਲ ਆ, ਮਹੱਲਾ ਬਲਾਈ ਗੇਟ ਦੇ ਵਿੱਚੋਂ 2 ਗੱਡੀਆਂ ਚੱਕ ਹੋ ਗਈਆਂ। ਇੱਕ ਗੱਡੀ ਅੱਗੇ ਇੱਕ ਦਿਨ ਚੱਕ ਹੋਈ ਆ, ਇੱਕ ਅੱਜ ਚੱਕ ਹੋਈ ਆ, 2 ਮੋਟਰਸਾਈਕਲ ਚੱਕ ਹੋ ਗਏ ਆ। ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਮਹੱਲੇ ਦੇ ਵਿੱਚ ਜਿਹੜੀ ਗਸ਼ਤ ਜ਼ਿਆਦਾ ਤੋਂ ਜ਼ਿਆਦਾ ਵਧਾਈ ਜਾਵੇ ਤਾਂ ਕਿ ਲੋਕਾਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ। ਬਹੁਤ ਮੱਧਭਾਗੀ ਘਟਨਾ ਆ ਜਿਹੜੀਆਂ ਇਹ ਗੱਡੀਆਂ ਚੱਕ ਹੋਣ ਲੱਗ ਪਈਆਂ। ਅਸੀਂ ਪ੍ਰਸ਼ਾਸਨ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਇੱਥੇ ਵੱਧ ਤੋਂ ਵੱਧ ਗਸ਼ਤ ਲਾਈ ਜਾਵੇ। ਬਹੁਤ ਬਹੁਤ ਧੰਨਵਾਦ। ਸਰ ਗੱਡੀ ਕਿਹੜੀ ਚੱਕ ਹੋਈ ਇੱਥੋਂ? ਗੱਡੀ ਜੈਨ ਚੱਕ ਹੋਈ ਆ ਜੀ। ਕਿਹੜਾ ਮਾਡਲ ਆ ਕੁਛ ਪਤਾ ਜੀ? 2002 ਮਾਡਲ ਸੀਗਾ। ਹਾਂਜੀ, ਬਾਹਰ ਖੜ੍ਹੀ ਇੱਥੋਂ ਚੱਕ ਹੋਈ ਆ ਜੀ। ਕਿੰਨੇ ਕੁ ਵਜੇ ਚੱਕ ਹੋਈ ਹੈ ਜੀ? 1:30 ਵਜੇ ਦੇ ਤਕਰੀਬ ਤੱਕ ਹੋਈ ਹੈ। ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ? ਹਾਂਜੀ, ਕੈਮਰਿਆਂ 'ਚ ਆਏ ਆ ਬੰਦੇ। ਰੇਸ ਕਰਨੇ ਚਾਹੀਦਾ। ਇਸੇ ਹੀ ਤਰ੍ਹਾਂ ਚੋਰਾਂ ਨੇ ਸ਼ੂਗਰ ਮਿੱਲ ਪੁੱਲ ਹੇਠਾਂ ਸਥਿਤ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ 1,000 ਰੁਪਏ ਦੀ ਨਕਦੀ ਅਤੇ ਪੁਰਾਣੇ ਅਤੇ ਨਵੇਂ ਫੋਨ ਚੋਰੀ ਕਰ ਲਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਰਕੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 5:30 ਵਜੇ ਦੇ ਕਰੀਬ ਚੌਂਕ ਵਿੱਚ ਸਥਿਤ ਸਫਾਈ ਕਰ ਰਹੇ ਸਫਾਈ ਕਰਮਚਾਰੀਆਂ ਨੇ ਫੋਨ 'ਤੇ ਸੂਚਿਤ ਕੀਤਾ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਿਸ ਤੋਂ ਬਾਅਦ ਉਸਨੇ ਜਦੋਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਚੋਰ ਦੁਕਾਨ ਅੰਦਰੋਂ ਰਿਪੇਅਰ ਵਾਲੇ ਫੋਨ ਤੋਂ ਇਲਾਵਾ ਨਵੇਂ ਬਟਨਾਂ ਵਾਲੇ ਫੋਨ ਅਤੇ ਗੱਲੇ ਵਿੱਚ ਪਈ 7 ਤੋਂ 8 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ, ਜਿਸ ਸੰਬੰਧੀ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਆਪਣਾ? ਮੇਰਾ ਨਾਂ ਰਕੇਸ਼ ਆ ਭਾਜੀ। ਹਾਂਜੀ, ਮਾਮਲਾ ਕੀ ਹੈ ਸਰ ਜਿਹੜਾ? ਭਾਈ ਸਵੇਰੇ ਮੈਨੂੰ 5:30 ਵਜੇ ਇੱਥੇ ਸਫਾਈ ਕਰਮਚਾਰੀਆਂ ਦਾ ਫੋਨ ਆਉਂਦਾ। ਉਹ ਕਹਿੰਦੇ ਸਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਅਤੇ ਲੋਕ ਖੁੱਲ੍ਹੇ ਹੋਇਆ ਦੁਕਾਨ ਦੇ। ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰਾ ਨੁਕਸਾਨ ਹੋਇਆ ਜੀ ਥੋੜ੍ਹਾ। ਕੋਈ ਬਟਨਾਂ ਵਾਲੇ ਫੋਨ ਆ ਅਤੇ ਬਾਕੀ ਰਿਪੇਅਰ ਕੀਤੇ ਹੋਏ ਸੀ, ਫੋਨ ਵੀ ਚੱਕ ਕੇ ਲੈ ਗਏ। ਸਰ ਨਵੇਂ ਫੋਨ ਸੀਗੇ?
ਨਵੇਂ ਫੋਨ ਹਾਂਜੀ ਬਟਨ ਵਾਲੇ ਤਾਂ ਨਵੇਂ ਫੋਨ ਸੀਗੇ, ਬਾਕੀ ਤਾਂ ਮੈਂ ਵੱਡੇ ਫੋਨ ਲੈ ਜਾਂਦਾ ਉਹਨਾਂ ਟੱਚ ਫੋਨ ਅਤੇ ਬਾਕੀ ਰਿਪੇਅਰ ਕਰਕੇ ਰੱਖੇ ਹੋਏ ਸੀ ਉਹ ਫੋਨ ਲੈ ਗਏ ਆ ਅਤੇ ਬਟਨ ਵਾਲੇ ਫੋਨ ਲੈ ਗਏ ਆ, ਥੋੜ੍ਹਾ ਹੋਰ ਨੁਕਸਾਨ ਚਲ ਗਿਆ, ਕੈਸ਼ ਪਿਆ ਸੀ 7-8 ਹਜ਼ਾਰ ਦਾ ਹਾਂਜੀ ਉਹ ਲੈ ਗਏ ਅਤੇ ਕੱਲ੍ਹ ਦੇ ਨੈੱਟ ਨੁੱਟ ਵੀ ਬੰਦੇ ਸੀਗੇ, ਚੋਰੀਆਂ ਚੋਰੀ ਹੋਈ ਆ ਅਜੇ ਤੱਕ, ਉਦਣ ਦੇ ਕਾਰਨ ਗੱਲ ਕਰਦੇ ਪਏ ਸੀ ਵੀ ਸਾਡਾ ਹੀ ਕੰਮ ਹੋਣੇ ਵਾਲਾ ਹੀ ਆ ਜੀ। ਅਤੇ ਪ੍ਰਸ਼ਾਸਨ ਕੋਲ ਕੀ ਮੰਗ ਰੱਖਦੇ ਆਪਾਂ? ਪ੍ਰਸ਼ਾਸਨ ਤੋਂ ਇਹੀ ਮੰਗ ਰੱਖਦੇ ਹਾਂ ਜੀ, ਹੁਣ ਤਾਂ ਜਾਣੀ ਦਿਨੋਂ ਦਿਨ ਚੋਰੀ ਵਧੀ ਗਈ ਆ। ਟੋਟਲ ਅਮਾਊਂਟ ਕਿੰਨੀ ਕੁ ਆਪਣਾ ਨੁਕਸਾਨ ਹੋ ਗਿਆ ਸਰ? ਅਮਾਊਂਟ ਜ਼ਿਆਦਾ ਨਹੀਂ ਜਾਂ ਕਹੀ 35-40 ਹਜ਼ਾਰ ਦਾ ਹੋ ਗਿਆ ਜੀ।